ਸੰਗਰੂਰ ਜ਼ਿਮਨੀ ਚੋਣ ਨੂੰ ਲੈ ਕੇ ਵੋਟਰਾਂ ਦੀ ਪ੍ਰਕਿਰਿਆ ਜਾਰੀ ਹੈ 29% ਹੁਣ ਤੱਕ ਵੋਟ ਪੋਲ ਹੋ ਚੁੱਕੀ ਹੈ ਲਹਿਰਗਾਗਾ ਦੇ ਵਿੱਚ 3 ਵਜੇ ਤੱਕ ਜੇਕਰ ਅਸੀਂ ਵੋਟਾਂ ਦੀ ਫੀਸਦ ਦਾ ਜ਼ਿਕਰ ਕਰੀਏ ਤਾਂ 28% ਵੋਟਾਂ ਪੂਕਤ ਚੁੱਕੀਆਂ ਨੇ ਪਧੌੜ ਵਿੱਚ 27% ਤੋਂ ਜ਼ਿਆਦਾ ਬਰਨਾਲਾ ਵਿੱਚ 3 ਵਜੇ ਤੱਕ 27.23% VOTING ਹੋ ਚੁੱਕੀ ਹੈ ਮਹਿਲਕਲਾ ਦੇ ਵਿੱਚ ਵੀ 28% ਵੋਟਾਂ ਪੂਕਤੀਆਂ ਨੇ ਤਾਂ ਸੁਨਾਮ ਉਦਮ ਸਿੰਘ ਵਾਲਾ ਦੇ ਵਿੱਚ 30.4% ਵੋਟਾਂ ਦੀ ਜਿਹੜੀ ਪੋਲ ਹੋ ਚੁੱਕੀ ਹੈ ਤੂਰੀ ਦੇ ਵਿੱਚ 29% ਵੋਟਾਂ ਪੁਕਤੀਆਂ ਨੇ ਤਾਂ ਸੰਗਰੂਰ ਦੇ ਵਿੱਚ 28% ਦੜਬਾ ਵਿੱਚ 29.55% ਵੋਟਾਂ ਪੁਕਤੀਆਂ ਤਾਂ ਮਲੇਰਕੋਟਲਾ ਵਿੱਚ ਹੁਣ ਤੱਕ 33% ਤੋਂ ਜ਼ਿਆਦਾ ਵੋਟ ਪੋਲ ਹੋ ਚੁੱਕੀ ਹੈ ਯਾਨੀ ਕਿ ਮਲੇਰਕੋਟਲਾ ਮੁਸਲਮਾਨ ਭਾਈਚਾਰੇ ਦਾ ਗੜ ਹੈ ਜਿੱਥੇ ਸਭ ਤੋਂ ਜ਼ਿਆਦਾ ਵੋਟ ਪੁਕਤੀ ਹੈ ਸੋ ਇਸ ਵਾਰ ਦੇ ਦੰਗਲ ਦੇ ਵਿੱਚ ਕੌਣ ਬਾਜ਼ੀ ਮਾਰੇਗਾ ਕੀ ਪੁਰਾਣੇ ਰਿਕਾਰਡ ਟੁੱਟਣਗੇ ਜਾਂ ਨਵੀਆਂ ਪਰਤਾ ਪਹਿਣੀਆਂ ਗੱਲਾਂ ਹੀ ਦੋਣ ਹੈ ਪੰਜਾਬ ਦੀ ਪੋਲਿਟਿਕ ਸਵਿਚਸ ਸੰਗਰੂਰ ਬਾਈ ਇਲੈਕਸ਼ਨ ਨਵੀਆਂ ਪਰਤਾਂ ਪਾ ਸਕਦੀ ਹੈ ਇੱਕ ਨਵਾਂ ਸਟੈਂਡਰਡ ਸੈੱਟ ਪੰਜਾਬ ਦੀ ਰਾਜਨੀਤੀ ਚ ਹੋ ਸਕਦਾ ਹੈ ਜੇਕਰ ਨਤੀਜੇ ਉਮੀਦ ਨਾਲੋਂ ਵੱਧ ਆਉਂਦੇ ਨੇ ਜਾਂ ਫਿਰ ਨਤੀਜੇ ਬਿਲਕੁਲ ਵੱਖਰੇ ਆਉਂਦੇ ਨੇ ਪੰਜਾਬ ਦੀ ਸੱਤਾ ਧਾਰੀ ਧਿਰ ਦਾ ਪੂਰਾ ਜ਼ੋਰ ਲੱਗਿਆ ਹੋਇਆ ਇਸ ਸੀਟ ਤੇ ਦੋ ਮੁੱਖ ਮੰਤਰੀ ਇੱਕ ਕੇਂਦਰ ਦੀ ਸਰਕਾਰ ਤਿੰਨ ਸਰਕਾਰਾਂ ਇਸ ਸੀਟ ਨੂੰ ਜਿੱਤਣ ਦੀ ਕੋਸ਼ਿਸ਼ ਕਰ ਰਹੀ ਨੇ ਤਾਂ ਉੱਥੇ ਵਿਰੋਧੀ ਧਿਰਾਂ ਵੀ ਲਗਾਤਾਰ ਅਕਾਲੀ ਦਲ ਅਕਾਲੀ ਦਲ ਅੰਮ੍ਰਿਤਸਰਾਂ कांग्रेस पूरे तौर पर टक्कर दे रहा है मुख्यमंत्री भगवंत मान ने ट्वीट करके लिखिया के भारत चोण कमीशन तो मांग करते हैं कि समा झोने के समार दे सीजन का है ਬਹੁਤੇ ਲੋਕ ਦਿਹਾੜੀਆਂ ਤੇ ਗਏ ਹੋਏ ਨੇ ਹੋਰ ਕਮਾ ਕਰਨ ਤੇ ਗਏ ਹੋਏ ਨੇ ਕਿਰਪਾ ਕਰਕੇ ਵੋਟ ਪਾਉਣ ਦਾ ਸਮਾਂ 6 ਵਜੇ ਤੋਂ ਵਧਾ ਕੇ 7 ਵਜੇ ਕੀਤਾ ਜਾਏ ਮੁੱਖ ਮੰਤਰੀ ਮਾਨ ਨੇ ਅਪੀਲ ਕੀਤੀ ਹੈ ਕਿ ਸਮਾਂ ਜਿਹੜਾ ਉਸ ਨੂੰ ਵਧਾਇਆ ਜਾਵੇ ਕਿਉਂਕਿ ਝੋਨੇ ਦੀ ਲਵਾਈ ਦਾ ਸੀਜ਼ਨ ਹੈ 6 ਤੋਂ 7 ਤੱਕ ਕਰਨ ਦਾ ਜ਼ਿਕਰ ਹੋਇਆ ਉੱਥੇ ਹੀ ਮਾਨ ਨੇ ਕਿਹਾ ਕਿ ਬਾਬਾ ਭੀਮਰਾ ਉਮੀਦਵਾਰ ਦੁਆਰਾ ਰਚਿਤ ਸਵਿਧਾਨ ਅਨੁਸਾਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਲੋਕ ਕਰ ਸਕਣ ਇਸ ਕਰਕੇ ਥੋੜੀ ਛੋਟ ਦਿੱਤੀ ਜਾਵੇ ਸੋ ਸੰਗਰੂਰ ਬਾਈ ਇਲੈਕਸ਼ਨ ਦੇ ਵਿੱਚ ਕਿਹੜੀ ਸਿਆਸੀ ਤਰ ਪੂਰਨ ਤੌਰ ਤੇ ਟੱਕਰ ਦੇ ਰਹੀ ਹੈ ਪੰਜ ਪਾਰਟੀਆਂ ਟੱਕਰ ਦੇ ਵਿੱਚ ਨੇ ਪਰ ਮੁਕਾਬਲਾ ਦੂਰ ਹੈ ਜਾਂ ਤਿਕੋਣਾ ਹੈ ਇਹ ਵੀ ਦੇਖਣਾ ਦਿਲਚਸਪ ਹੈ ਸੰਗਰੂਰ ਸੀਟ 2014 ਤੋਂ ਲੈ ਕੇ 2019 ਤੱਕ ਆਮ ਆਦਮੀ ਪਾਰਟੀ ਦੇ ਕਬਜ਼ੇ ਚ ਰਹੀ ਹੈ 19 ਦੇ ਵਿੱਚੋਂ ਭਗਵੰਤ ਮਾਣੇ ਸੀਟ ਨੂੰ ਵੱਡੀ ਲੀਡ ਨਾਲ ਜਨਤ ਦੇ ਨਿਰਕਸ਼ਬਾ ਪਹੁੰਚਦੇ ਨੇ ਤੇ ਨੇ ਤੇ ਫਰਸਤੀਫਾ ਮਾਨ ਦਿੰਦੇ ਨੇ ਮੁੱਖ ਮੰਤਰੀ ਦੀ ਅਹੁਦੀ ਦੀ ਸੌਂ ਚੁੱਕੀ ਜਾਂਦੀ ਹੈ ਇਸ ਕਰਕੇ ਸੀਟ ਖਾਲੀ ਹੋਈ ਹੈ ਬਾਈ ਇਲੈਕਸ਼ਨ ਸੰਗਰੂਰ ਦੇ ਵਿੱਚ ਕਿਹੜੀ ਪਾਰਟੀ ਸਭ ਤੋਂ ਅੱਗੇ ਹੈ ਇਹ ਵੀ ਦਿਲਚਸਪ ਗੱਲ ਹੈ ਕਿਉਂਕਿ ਵੋਟ ਫੀਸਦ ਘਟਣਾ ਵੀ ਇੱਕ ਸਰਦਰਦੀ ਦਾ ਕਾਰਨ ਬਣ ਸਕਦਾ ਹੈ। ਸੰਗਰੂਰ ਲੈ ਕੇ ਚੱਲਦੇ ਹਾਂ ਕੀਰਤੀਪਾਲ ਸਾਡੇ ਪੱਤਰਕਾਰ ਸਾਨੂੰ ਪਲ-ਪਲ ਦੀ ਅਪਡੇਟ ਦੇ ਰਹੇ ਨੇ ਕੀਰਤੀ ਕੀ ਕੁਝ ਸਿਆਸੀ ਤਰਤਲ ਬਿਆਨ ਕਰ ਰਿਹਾ ਹੈ ਵੋਟਾਂ ਦੀ ਫੀਸਦ ਜਿਸ ਹਿਸਾਬ ਨਾਲ ਘਟ ਦਰਜ ਕੀਤੀ ਗਈ ਹੈ ਕਿਹੜੇ ਸਿਆਸੀ ਇਸ਼ਾਰੇ ਵੱਲ ਸਮਝੀ ਇਸ ਨੂੰ ਜੀ ਜਿਸ ਤਰ੍ਹਾਂ ਸਵੇਰ ਦੀ ਪੋਲਿੰਗ ਦੇ ਰਿਜ਼ਲਟ ਆਏ ਨੇ ਕਿ 11 ਵਜੇ 12% ਹੁੰਦੀ ਹੈ ਫਿਰ 1 ਵਜੇ ਦੀ ਰਿਪੋਰਟ 21% ਦੇ ਕਰੀਬ ਆਉਂਦੀ ਹੈ ਤੇ ਸ਼ਾਮ ਨੂੰ ਤਿੰਨ ਵਜੇ ਤੱਕ ਦੀ ਰਿਪੋਰਟ ਹੈ ਜਿਹੜੀ 29% ਦੇ ਕਰੀਬ ਆਉਂਦੀ ਹੈ ਤੇ ਜਰੂਰ ਕਹਿ ਸਕਦੇ ਹਾਂ ਕਿ ਇਸ ਵਾਰ ਜਿਹੜੀ ਪੋਲਿੰਗ ਹੈ ਉਹ ਘੱਟ ਹੋ ਰਹੀ ਹੈ ਪਰ 3 ਵਜੇ ਤੋਂ ਲੈ ਕੇ 6 ਵਜੇ ਤੱਕ ਲੋਕ ਜਿਹੜੇ ਨੇ ਗਰਮੀ ਵੀ ਜ਼ਿਆਦਾ ਪੈ ਰਹੀ ਹੈ ਤੇ ਆਪਣੇ ਘਰਾਂ ਦੇ ਵਿੱਚੋਂ ਬਾਹਰ ਆਣੇ ਸ਼ੁਰੂ ਹੋ ਚੁੱਕੇ ਨੇ ਤੇ ਕੁਝ ਨਾ ਕੁਝ ਫਰਕ ਤਾਂ ਜਰੂਰ ਪੜੇਗਾ ਕਿਉਂਕਿ ਗਰਮੀ ਦਾ ਟਾਈਮ ਹੈ ਤੇ ਦੁਪਹਿਰ ਦੇ ਟਾਈਮੇ ਸਮੇਂ ਨਹੀਂ ਆਏ ਕਿਉਂਕਿ ਮਾਰਕੀਟ ਵੀ ਖੁੱਲੀ ਰ ਨੇ ਜਿਹੜੇ ਉਹ ਖੇਤਾਂ ਵਿੱਚ ਬਿਜ਼ੀ ਨੇ ਇਹ ਵੀ ਇੱਕ ਵੱਡਾ ਕਾਰਨ ਹੋ ਸਕਦਾ ਹੈ ਕਿਉਂਕਿ ਝੋਨੇ ਦੀ ਫਸਲ ਬੀਜਣੀ ਸੀਗੀ ਪਾਣੀ ਲਾਉਣਾ ਸੀਗਾ ਤੇ ਮਜ਼ਦੂਰ ਵੀ ਨੇ ਜਿਹੜੇ ਉਹ ਵੀ ਜ਼ਿਆਦਾਤਰ ਖੇਤਾਂ ਦੇ ਵਿੱਚ ਨੇ ਕਹਿ ਸਕਦੇ ਆ ਕਿ ਇਸ ਕਾਰਨ ਜਿਹੜੀ ਵੋਟ ਪ੍ਰਤੀਸ਼ਤ ਦੇ ਵਿੱਚ ਕਮੀ ਆਏਗੀ ਪਰ 3 ਤੋਂ ਲੈ ਕੇ 6 ਵਜੇ ਤੱਕ ਜ਼ਰੂਰ ਕਹਿ ਸਕਦੇ ਆ ਕਿ 29 29% ਜਿਹੜੀ ਹੈ ਪੋਲ ਹੋ ਚੁੱਕੀ ਹੈ 3 ਵਜੇ ਤੱਕ ਤਾਂ ਜ਼ਰੂਰ 3 ਤੋਂ 6 ਵਜੇ ਦੇ ਵਜੇ ਤੱਕ ਜਿਹੜੀ ਪੋਲਿੰਗ ਹੈ ਜਿਹੜੀ ਉਹ ਵਧੇਗੀ ਸ਼ਾਇਦ 50 55% ਦੇ ਕਰੀਬ ਜਿਹੜੀ ਹੈ ਪੋਲਿੰਗ ਹੋ ਜਾਏ ਤੇ ਉਹ ਦੇਖਣਾ ਹੋਏਗਾ ਕਿ ਕਿਸ ਤਰ੍ਹਾਂ ਦਾ ਰੁਝਾਨ ਆਂਦਾਗਾ ਕਿਉਂਕਿ ਜ ਪ੍ਰੋ ਪੋਲਿਟੀਕਲ ਪਾਰਟੀਆਂ ਸਾਰੀਆਂ ਅਪੀਲ ਕਰ ਰਹੀਆਂ ਨੇ ਲੋਕਾਂ ਨੂੰ ਕਿ ਵੱਧ ਤੋਂ ਵੱਧ ਵੋਟ ਕੀਤੀ ਜਾਵੇ ਤੇ ਸਾਡੇ ਚੈਨਲ ਵੱਲੋਂ ਵੀ ਅਪੀਲ ਕੀਤੀ ਗਈ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਪੋਲਿੰਗ ਹੈ ਜਿਹੜੀ ਉਹ ਕਰਨੀ ਚਾਹੀਦੀ ਹੈ ਤਾਂ ਕਿ ਜਿਹੜਾ ਇੱਕ ਵਧੀਆ ਉਮੀਦਵਾਰ ਚੁਣਿਆ ਜਾ ਸਕੇ ਸਾਰੀਆਂ ਪਾਰਟੀਆਂ ਦਾ ਜ਼ੋਰ ਲੱਗਿਆ ਹੋਇਆ ਸੀ ਜੇਕਰ ਗੱਲ ਕਰੀਏ ਕਿ ਸੰਗਰੂਰ ਸੀਟ ਦੇ ਉੱਤੇ ਪੰਜਾਬ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਲੋਕ ਵੀ ਇਸ ਸੀਟ ਤੇ ਨਜ਼ਰ ਰੱਖੇ ਹੋਏ ਨੇ ਕਿਉਂਕਿ ਇਸ ਸੀਟ ਨਾਲ ਹੀ ਭਵਿਕਤਾ ਹੋਣਾਗਾ ਦੂਜੀਆਂ ਪਾਰਟੀਆਂ ਦਾ ਜਿਹੜੀਆਂ ਵੀ ਪਾਰਟੀਆਂ ਨੇ ਚਾਹੇ ਮੌਜੂਦਾ ਸਰਕਾਰ ਹੈ ਮੌਜੂਦਾ ਸਰਕਾਰ ਤੇ ਵੀ ਇਸ ਚੀਜ਼ ਦਾ ਪ੍ਰੈਸ਼ਰ ਹੈ ਕਿ ਵੱਧ ਤੋਂ ਵੱਧ ਉੱਪਰ ਵੀ ਲੋਕ ਆਪਣੇ ਘਰਾਂ ਦੇ ਵਿੱਚ ਵੋਟ ਪਾਉਣ ਤੇ ਜਿਹੜਾ ਵੀ ਉਮੀਦਵਾਰ ਜਿੱਤੇਗਾ ਤਾਂ ਉਸ ਨਾਲ ਰਾਜਨੀਤਿਕ ਸਮੀਕਰਨ ਜ਼ਰੂਰ ਬਦਲਣਗੇ ਕਿਉਂਕਿ 2024 ਦੀਆਂ ਵੋਟਾਂ ਦੇ ਵਿੱਚ ਇਹਨਾਂ ਵੋਟਾਂ ਦਾ ਜ਼ਰੂਰ ਅਸਰ ਪਏਗਾ ਤੇ 3 ਮਹੀਨਿਆਂ ਦਾ ਜਿਹੜਾ ਆਮ ਆਦਮੀ ਪਾਰਟੀ ਦਾ ਆਪ ਸਰਕਾਰ ਦਾ ਰਿਪੋਰਟ ਕਾਰਡ ਹੈ ਉਹ ਵੀ ਤੈਅ ਹੋਏਗਾ ਤੇ ਸਾਰੀਆਂ ਪਾਰਟੀਆਂ ਹੀ ਚੋਣ ਮੈਦਾਨ ਦੇ ਵਿੱਚ ਉਤਰੀਆਂ ਹੋਈਆਂ ਸੀ ਸਾਰਿਆਂ ਨੇ ਪੂਰਾ ਜ਼ੋਰ ਲਾ ਰੱਖਿਆ ਸੀਗਾ ਪਰ ਜੇਕਰ ਵੋਟਰ ਜਿcka ਟਾਉਂ ਦਾਗਾ ਤੇ ਪੋਲਿੰਗ ਘਟ ਹੁੰਦੀ ਹੈ ਜਰੂਰੀ ਇੱਕ ਚਿੰਤਾ ਦਾ ਵਿਸ਼ਾਗਾ ਤਾਂ ਕਹਿ ਸਕਦੇ ਹਾਂ ਕਿ ਫਿਲਹਾਲ 3 ਤੋਂ ਲੈ ਕੇ 6 ਵਜੇ ਤੱਕ ਸ਼ਾਮ ਦਾ ਟਾਈਮ ਹੈ ਲੋਕ ਆਪਣੇ ਘਰਾਂ ਦੇ ਵਿੱਚੋਂ ਪੋਲਿੰਗ ਕਰਨ ਲਈ ਆ ਰਹੇ ਤੁਸੀਂ ਤਸਵੀਰਾਂ ਦੇ ਵਿੱਚੋਂ ਦੇਖ ਸਕਦੇ ਹੋ ਕਿ ਜਿਹੜੀਆਂ ਔਰਤਾਂ ਨੇ ਉਹ ਜਰੂਰ ਵੋਟ ਪਾਉਣ ਲਈ ਘਰਾਂ ਦੇ ਵਿੱਚੋਂ ਨਿਕਲਣੇ ਸ਼ੁਰੂ ਹੋ ਗਏ ਨੇ ਜਿਸ ਨਾਲ ਵੋਟ ਪ੍ਰਤੀਸ਼ਤ ਪਰਤੀਸ਼ਦਫ ਫਰਕ ਪਏਗਾ ਇਹ ਇਕੱਲੀ ਇੱਕ ਬੂਥ ਦੀ ਨਿਸ਼ਾਨੀ ਨਹੀਂ ਹੈ ਬਾਕੀ ਬੂਥਾਂ ਦੇ ਉੱਤੇ ਵੀ ਜਿਹੜੇ ਹੋਰ ਵੀ ਸੰਗਰੂਰ ਬਰਨਾਲਾ ਤੇ ਮਲੇਰ ਕੋਟਲਾ ਦੇ ਵਿੱਚ ਬਾਕੀ ਬੂਥ ਨੇ ਉਹਨਾਂ ਤੇ ਵੀ ਪੋਲਿੰਗ ਦਾ ਜਿਹੜਾ ਹੈ ਅਸਰ ਪਾਏਗਾ ਤੇ ਵੇਟ ਕੀਤੀ ਜਾ ਰਹੀ ਹੈ ਕਿਉਂਕਿ 3 ਵਜੇ ਤੱਕ ਦੀ ਰਿਪੋਰਟ ਆਈ ਹੈ ਤੇ ਬਾਕੀ ਦੀ ਰਿਪੋਰਟ ਅਜੇ ਸ਼ਾਮ ਦੇ 6 ਵਜੇ ਤੁਹਾਨੂੰ ਫਾਈਨਲ ਰਿਪੋਰਟ ਮਿਲ ਜਾਏਗੀ ਕਿ ਕਿੰਨੇ ਪ੍ਰਤੀਸ਼ਤ ਜਿਹੜੀ ਹੈ ਵੋਟ ਪਈਏ ਤੇ ਉਹਦੇ ਨਾਲ ਹੀ ਰਾਜਨੀਤਿਕ ਸਮੀਕਰਨ ਵੀ ਤੈਅ ਹੋਣਗੇ ਕਿਉਂਕਿ ਆਕੜੇ ਲਗਾਏ ਜਾਣਗੇ ਉਦੋਂ ਉਸ ਤੋਂ ਬਾਅਦ ਜਿਹੜੇ ਹੈ ਸਿਆਸੀ ਮਾਹਿਰ ਨੇ ਉਹ ਦੱਸਣਗੇ ਕਿ ਇਸ ਚੀਜ਼ ਨਾਲ ਕਿੰਨਾ ਕੁ ਫਰਕ ਪਾਏਗਾ ਕਿਹੜੀ ਪਾਰਟੀ ਹੈ ਜਿਹੜੀ ਕਿੰਨੀ ਲੀਡ ਤੇ ਜਿੱਤਦੀ ਹੈ ਤੇ ਮਾਰਜਨ ਦਾ ਕਿੰਨਾ ਕੁ ਫਰਕ ਰਹੇਗਾ ਜਰੂਰ ਸਾਰੀਆਂ ਪਾਰਟੀਆਂ ਨੇ ਪੂਰਾ ਜੋਰ ਲਗਾਇਆ ਸੀਗਾ ਤੇ ਉਹ 6 ਵਜੇ ਈਵੀਐਮ ਮਸ਼ੀਨਾਂ ਦੇ ਵਿੱਚ ਬੰਦ ਹੋ ਜਾ ਨਗਾ ਹਰੀ ਹਰ ਇੱਕ ਉਮੀਦਵਾਰ ਦਾ ਆਪਾਂ ਭਵਿੱਖਾ ਜਿਹੜਾ ਉਹ ਬੰਦ ਹੋ ਜਾਏਗਾ ਤਾਂ ਜ਼ਰੂਰ ਕਹਿ ਸਕਦੇ ਹਾਂ ਕਿ ਵੇਟ ਕੀਤੀ ਜਾ ਰਹੀ ਹੈ ਜੀ ਕੀਰਤੀ ਐਂਟੀ ਇਨਕਮ ਵੈਸੀ ਕਿਵੇਂ ਦੇਖੀਏ ਇੱਕ ਪਾਸੇ ਬਹੁਤ ਘੱਟ ਜਿਹੜਾ ਪੋਲ ਹੁਣ ਤੱਕ ਜਿਹੜਾ ਦਰਜ ਕੀਤਾ ਗਿਆ ਤਕਰੀਬਨ 30 ਤੋਂ 35% ਦੇ ਦਰਮਿਆਨ ਇਸ ਨੂੰ ਦਰਜ ਕੀਤਾ ਗਿਆ ਹੈ ਮੁੱਖ ਮੰਤਰੀ ਮਾਨ ਅਪੀਲ ਕਰ ਰਹੇ ਨੇ ਕਿ ਚੋਣ ਕਮਿਸ਼ਨ 7 ਵਜੇ ਤੱਕ ਵੋਟਾਂ ਪਵਾਉਣ ਦਾ ਦਾਇਰਾ ਵਧਾਵੇ ਯਾਨਕਿ ਕੰਟ ਦੀ ਮੌਲਤ ਮੰਗੀ ਗਈ ਹੈ ਅਪੀਲ ਮੁੱਖ ਮੰਤਰੀ ਪੰਜਾਬ ਨੇ ਕੀਤੀ ਹੈ ਤੀਜਾ ਵੱਡਾ ਇੰਗਲਿ ਹੈ ਕਿ ਜੇਕਰ ਘਟਪੋਲ ਦਰਜ ਕੀਤੀ ਜਾਂਦੀ ਹੈ ਤਾਂ ਕਿਸ ਤਰ੍ਹਾਂ ਦੇ ਸਿਨੈਰੀਓ ਰਹਿਣਗੇ ਪਰ ਇੱਕ ਕਹਾਵਤ ਇਹ ਵੀ ਹੈ ਕਿ ਜਿੰਨੀ ਜ਼ਿਆਦਾ ਪੋਲ ਹੋਏਗੀ ਓਨੀ ਸਰਕਾਰ ਲਈ ਇਸ ਨੂੰ ਫਾਇਦਾ ਮੰਨਿਆ ਜਾ ਸਕਦਾ ਹਾਕਮ ਤੇ ਰਿਲੀ ਫਾਇਦਾ ਮੰਨਿਆ ਜਾ ਸਕਦਾ ਕਿਉਂਕਿ ਐਂਟੀ ਇਨਕੰਪੈਂਸੀ ਦਾ ਬਹੁਤ ਜ਼ਿਕਰ ਸੰਗਰੂਰ ਦੇ ਵਿੱਚ ਹੋ ਰਿਹਾ ਹੈ ਕਿਤੇ ਜੀ ਜਰੂਰ ਜੇਕਰ ਇੱਕ ਘੰਟਾ ਹੋਰ ਮੰਗਿਆ ਜਾ ਰਿਹਾ ਹੈਗਾ ਤਾਂ ਜਰੂਰ ਲੋਕਾਂ ਦੇ ਵਿੱਚ ਜਿਹੜਾ VOTING ਦਾ ਦੇਖੋ ਕਾਰਨ ਨੇ ਇਸ ਦੇ ਵਿੱਚ ਵੋਟ ਨਾ ਪੈਂਦੇ ਇਹ ਨਹੀਂ ਵੀ ਲੋਕਾਂ ਦੇ ਵਿੱਚ ਇੰਟਰਸਟ ਨਹੀਂ ਹੈ ਗਰਮੀ ਵੀ ਜਿਆਦਾ ਪੈ ਰਹੀ ਹੈ ਲੋਕ ਆਪਣੇ ਕੰਮਾਂ ਦੇ ਵਿੱਚ ਵੀ ਬਿਜ਼ੀ ਨੇ ਕਿਉਂਕਿ ਤਿੰਨ ਮਹੀਨੇ ਪਹਿਲਾਂ ਹੀ ਲੋਕ ਵੋਟ ਕਰਕੇ ਹਟੇ ਨੇ ਵੋਟ ਇਸ ਤਰੀਕੇ ਨਾਲ ਕੀਤੀ ਹੈ ਕਿ ਜਿਵੇਂ ਇੱਕ ਬਦਲਾਅ ਦੀ ਸਥਿਤੀ ਦੇ ਵਿੱਚ ਵੋਟ ਕੀਤੀ ਸੀ ਲੋਕਾਂ ਨੇ ਇੱਕ ਬਦਲਾਅ ਲੈ ਕੇ ਆਉਣਾ ਸੀ ਤਾਂ ਵੋਟ ਪਰਸੈਂਟੇਜ ਵੀ ਵੱਡੀ ਸੀਗੀ ਪਰ ਤਿੰਨ ਮਹੀਨੇ ਬਾਅਦ ਥੋੜੀ એનર્ਜੀ ਵੀ ਡਾਊਨ ਹੋ ਜਾਂਦੀ ਹੈ ਲੋਕ ਆਪਣੇ ਕੰਮਕਾਰਾਂ ਤੇ ਵੀ ਲੱਗ ਜਾਂਦੇ ਨੇ ਤਾਂ ਜਰੂਰ ਸਿਆਸੀ ਰਾਜਨੀਤੀ ਤੌਰ ਤੇ ਇਹ ਚੋਣ ਮਹੱਤਵਪੂਰਨ ਹੋ ਸਕਦੀ ਹੈ ਲੋਕਾਂ ਦੇ ਵਿੱਚ ਇਹ ਹੈ ਵੀ 2 ਸਾਲ ਲਈ ਵੋਟ ਹੋਣੀਆਂ 2024 ਚ ਫਿਰ ਵੋਟਾਂ ਹੋਣੀਆਂ ਤਾਂ ਕੁਝ ਨਾ ਕੁਝ ਥੋੜਾ ਬਹੁਤ ਇੰਟਰਸਟ ਵੀ ਘਟ ਨਜ਼ਰ ਆਉਂਦਾ ਨਜ਼ਰ ਆ ਰਹੇਗਾ ਜੇਕਰ 7 ਵਜੇ ਦਾ ਟਾਈਮ ਦਿੱਤਾ ਜਾਂਦਾਗਾ ਤਾਂ ਉਹਦੇ ਨਾਲ ਸ਼ਾਇਦ ਹੋਰ ਵੀ ਪ੍ਰਤੀਸ਼ਤ ਵਾਝੇ ਕਿਉਂਕਿ ਸ਼ਾਮ ਦਾ ਟਾਈਮ ਹੁੰਦਾਗਾ ਜਿਹੜੇ ਪ੍ਰਾਈਵੇਟ ਜੌਬ ਕਰਦੇ ਨੇ ਛੋਟਾ ਮੋਟਾ ਕੰਮ ਕਰਦੇ ਨੇ ਉਹ ਆਪਣੇ ਘਰਾਂ ਨੂੰ ਆਉਣਗੇ ਤੇ ਟਾਈਮ ਤੇ ਆ ਕੇ ਵੋਟ ਪਾ ਸਕਦੇ ਨੇ ਪਰ ਵਿਚ ਵਿਚਾਲੇ ਆਪਣਾ ਟਾਈਮ ਮੰਨ ਲਓ ਕੰਮ ਛੱਡ ਕੇ ਇਹ ਆਉਣਾ ਮناسب ਨਾ ਸਮਝਣਾ ਜ਼ਰੂਰ ਇੱਕ ਚਿੰਤਾ ਦਾ ਵਿਸ਼ਾ ਹੈਗਾ ਕਿਉਂਕਿ ਪਾਰਟੀਆਂ ਨੇ ਜ਼ੋਰ ਲਗਾਇਆਗਾ ਫਿਲਹਾਲ ਸ ਉਹ ਲਗਾ ਰਹੀਆਂ ਨੇ ਕਹਿ ਰਹੀਆਂ ਨੇ ਲੋਕਾਂ ਨੂੰ ਵੀ ਵੱਧ ਤੋਂ ਵੱਧ ਵੋਟ ਕਰੋ ਜਿਹਨੂੰ ਮਰਜ਼ੀ ਕਰੋ ਤਾਂ ਉਸ ਤੋਂ ਬਾਅਦ ਵੋਟ ਪ੍ਰਤੀਸ਼ਤ ਦੇ ਨਾਲ ਸਿਆਸੀ ਭੁਵਿੱਖ ਵੀ ਜਿਹੜਾ ਹੈ ਪਾਰਟੀਆਂ ਦਾ ਤੈਅ ਹੋਵੇਗਾ ਤਾਂ ਇਹੀ ਉਮੀਦ ਤੇ ਸਾਰੀ ਪਾਰਟੀਆਂ ਵੱਲੋਂ ਇਹੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਵੋਟ ਕਰੋ ਕਿਉਂਕਿ ਜਿਸ ਤਰ੍ਹਾਂ ਪਾਰਟੀਆਂ ਦੇ ਵਿੱਚ ਉਥਤਪੁਤਲ ਚੱਲੀ ਹੈ ਅਦਲਾ ਬਦਲੀ ਚੱਲੀ ਹੈ ਤਾਂ ਲੋਕ ਦੇਖਦੇ ਨੇ ਕਿ ਕਿਹੜੇ ਉਮੀਦਵਾਰ ਤੇ ਵਿਸ਼ਵਾਸ ਕਰੀਏ ਕਿਹੜੀ ਪਾਰਟੀ ਤੇ ਵਿਸ਼ਵਾਸ ਕਰੀਏ ਕਿਉਂਕਿ ਥੱਲੇ ਢੜੇ ਬੰਦੀਆਂ ਬਣ ਜਾਂਦੀਆਂ ਨੇ ਲੋਕ ਇੱਕ ਦੂਸਰੀ ਪਾਰਟੀਆਂ ਦਾ ਵਿਰੋਧ ਕਰ ਦਿੰਦੇ ਨੇ ਤੇ ਜਿਹੜੇ ਵੱਡੇ ਲੀਡਰ ਨੇ ਉਹ ਪਾਰਟੀਆਂ ਚੇਂਜ ਕਰ ਲੈਂਦੇ ਨੇ ਤਾਂ ਲੋਕਾਂ ਦੇ ਵਿੱਚ ਵੀ ਇੱਕ ਅਸ਼ਮੰਜਸ ਬਣੀ ਹੋਈ ਹੈ ਕਿ ਅਸੀਂ ਕਿਹੜੇ ਲੀਡਰ ਤੇ ਵਿਸ਼ਵਾਸ ਕਰੀਏ ਕਿਹੜੇ ਲੀਡਰ ਤੇ ਵਿਸ਼ ਦੇ ਵਿੱਚ ਉਥਲ ਪੁਤਲ ਹੋਈ ਹੈ ਕਈ ਵੱਡੇ ਲੀਡਰ ਕੋਈ ਕਿਸੇ ਪਾਰਟੀ 'ਚ ਚਲਾ ਗਿਆ ਕੋਈ ਕਿਸੇ ਪਾਰਟੀ 'ਚ ਚਲਾ ਗਿਆ ਤਾਂ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਉਹ ਵੀ ਡਾਵਾ ਡੋਲ ਹੋਇਆਗਾ ਸ਼ਾਇਦ ਉਹਦੇ ਕਰਕੇ ਵੀ ਹੋ ਸਕਦਾਗਾ ਕਿ ਵੋਟ ਪਾਈਏ ਜਾਂ ਨਾ ਪਾਈਏ ਤਾਂ ਜਰੂਰ ਲੋਕਾਂ ਨੂੰ ਚਾਹੀਦਾਗਾ ਕਿ ਜੇ ਬਦਲ ਉੱਪਰਲੇ ਲੀਡਰਾਂ ਚ ਹੋ ਰਿਹਾ ਤਾਂ ਲੋਕ ਵੀ ਇਹੀ ਸੋਚ ਕੇ ਆਪਣੀ ਵੋਟ ਨੂੰ ਪਾਉਣੋ ਇਸਤੇਮਾਲ ਕਰਨ ਤਾਂ ਕਿ ਸਿਆਸੀ ਸਮੀਕਰਨ ਜਿਹੜੇ ਅੱਗੇ ਰਾਜਨੀਤਿਕ ਪਾਰਟੀਆਂ ਦਾ ਭਵਿੱਖਤਾ ਹੈ ਹੋਣਾਗਾ ਲੋਕਾਂ ਨੂੰ ਸੋਚਣਾ ਪਏਗਾ ਕਿ ਇਸ ਇਲੈਕਸ਼ਨ ਨਾਲ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਦਾ ਡੈਮੇਜ ਹੋਇਆਗਾ ਉਹ ਡੈਮੇਜ ਕੰਟਰੋਲ ਹੋਊਗਾ ਤਾਂ ਕਿ ਉਹ ਅੱਗੇ ਦੀ ਰਾਜਨੀਤੀ ਕਰ ਸਕਣਗੇ ਆਪਣਾ ਵजूद ਬਚਾ ਸਕਣਗੇ ਤਾਂ ਲੋਕਾਂ ਨੂੰ ਵੀ ਇਹ ਚੀਜ਼ ਸੋਚਣੀ ਪਏਗੀ ਕਿ ਇਹ ਇਹ ਜਿਹੜੀ ਇਲੈਕਸ਼ਨ ਹੈ ਕਿੰਨੀ ਮਹੱਤਵਪੂਰਨ ਹੈ ਸਾਰੀ ਪਾਰਟੀਆਂ ਲਈ ਕਿਉਂਕਿ ਕਈ ਪਾਰਟੀਆਂ ਨੇ ਆਮ ਆਦਮੀ ਪਾਰਟੀ ਨਵੀਂ ਪਾਰਟੀ ਸੀ ਨਵੇਂ ਨਵੇਂ ਯੰਗ ਲੋਕ ਆਏ ਨੇ ਤਾਂ ਨਵੇਂ ਆਏ ਨੇ ਕਹਿ ਸਕਦੇ ਦੂਜੀ ਪਾਰਟੀਆਂ ਦੀ ਵੋਟਰ ਸੀਗੇ ਸਪੋਰਟਰ ਸੀਗੇ ਨਵੇਂ ਆਨੇ ਮੌਕਾ ਦਿੱਤਾ ਗਿਆ ਪਰ ਜਿਹੜੀ ਗਰਾਊਂਡ ਰਿਐਲਿਟੀ ਗੱਲ ਕਰੀਏ ਦੂਜੀ ਪਾਰਟੀਆਂ ਦੇ ਭਾਜੀਪੀ ਹੋਵੇ ਕਾਂਗਰਸ ਹੋਵੇ ਅਕਾਲੀ ਦਲ ਹੋਵੇ ਉਹਨਾਂ ਦੀ ਤਾਂ ਜ਼ਮੀਨ ਹੀ ਖਿਸਕ ਗਈ ਖਿਸਦੀ ਹੋਈ ਨਜ਼ਰ ਆ ਰਹੀ ਹੈ ਜੇਕਰ ਉਹਨਾਂ ਨੂੰ ਵੋਟ ਨਹੀਂ ਪੈਂਦੀ ਤੇ ਜੇ ਮੰਨ ਲਓ ਕਈਆਂ ਦੀ ਜਮਾਨਤ ਵੀ ਜਬਤ ਹੁੰਦੀ ਹੈ ਤਾਂ ਇਹ ਚੀਜ਼ ਨਾਲ ਉਹਨਾਂ ਨੂੰ ਫਰਕ ਜ਼ਰੂਰ ਪਏਗਾ ਕਿ ਅਸੀਂ ਸਿਆਸੀ ਭੁਵਿਕਾ ਸੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੀ ਦੇਖਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਕਿਸ ਤਰ੍ਹਾਂ ਅਸੀਂ ਪੇਸ਼ ਕਰ ਸਕਾਂਗੇ ਕਿ ਅਸੀਂ ਗਰਾਊਂਡ ਤੇ ਖੜੇ ਆ ਹਜੇ ਵੀ ਸਾਡਾ ਵजूद ਲੋਕਾਂ ਦੇ ਵਿੱਚ ਹੈਗਾਗਾ ਤਾਂ ਜਿਸ ਤਰ੍ਹਾਂ ਪੰਥਕ ਵੋਟ ਮੰਗੀ ਜਾ ਰਹੀ ਹੈ ਕਈ ਪਾਰਟੀਆਂ ਦੇ ਕੋਲੋਂ ਪੰਥਕ ਵੋਟ ਤੇ ਫੋਕਸ ਕੀਤਾ ਜਾ ਰਿਹਾਗਾ ਜਿਸ ਤਰ੍ਹਾਂ ਬਲਵੰਤ ਸਿੰਘ ਰਾਜੋਪਾਣਾ ਦੀ ਰਾਜੋਆਣਾ ਜੀ ਦੀ ਭੈਣ ਹੈ ਜਿਹੜੀ ਉਹ ਕਮਲਦੀਪ ਕੌਰ ਉਹ ਵੀ ਪੰਥਕ ਵੋਟ ਤੇ ਫੋਕਸ ਕਰ ਰਹੇ ਨੇ ਬੰਦੀ ਸਿੰਘਾਂ ਨੂੰ ਰਿਹਾ ਕਰਾਉਣ ਦੀ ਗੱਲ ਕਰ ਰਹੇ ਨੇ ਤਾਂ ਸਾਰੀਆਂ ਪਾਰਟੀਆਂ ਕਿਸੇ ਨਾ ਕਿਸੇ ਏਜੰਡੇ ਤੇ ਕਿਸੇ ਨਾ ਕਿਸੇ ਕੋਈ ਵਿਕਾਸ ਦੀ ਗੱਲ ਕਰ ਰਿਆ ਤੇ ਮਾਨ ਸਰਕਾਰ ਨੇ 3 ਮਹੀਨੇ ਦਾ ਰਿਪੋਰਟ ਕਾਰਡ ਆਪਣਾ ਪੇਸ਼ ਕੀਤਾਗਾ ਜਿਦੇ ਵਿੱਚ ਭ੍ਰਸ਼ਟਾਚਾਰੀ ਤੇ ਨਕੀਲ ਕਸੀ ਹੈ ਮੂੰਗੀ ਦੀ ਫਸਲ ਤੇ ਐਮਐਸਪੀ ਦਿੰਦੀ ਹੈ ਸੰਗਰੂਰ ਜ਼ਿਲ੍ਹੇ ਨੂੰ ਮੈਡੀਕਲ ਹੱ ਹੈ ਤੇ ਬੇਰੋਜ਼ਗਾਰ ਚਾਹੇ ਈਟੀਟੀ ਹੋਣ ਚਾਹੇ ਜਿੰਨੇ ਬੇਰੋਜ਼ਗਾਰ ਨੇ ਉਹਨਾਂ ਨੂੰ ਵੀ ਜੋਬ ਪ੍ਰੋਵਾਈਡ ਕਰਨ ਦਾ ਵੀ ਆਸ਼ਵਾਸ਼ਣ ਦਿੱਤਾਗਾ ਇੰਡਸਟਰੀ ਲਿਆਉਂਦਾ ਆਸ਼ਵਾਸ਼ਣ ਦਿੱਤਾਗਾ ਕੀ ਇਹਨਾਂ ਆਸ਼ਵਾਸ਼ਣਾਂ ਤੇ ਲੋਕ ਵਿਸ਼ਵਾਸ ਕਰਨਗੇ ਇਹ ਇੱਕ ਵੱਡਾ ਸਵਾਲ ਹੈ ਜੀ ਕੀਰਤੀ ਬਲੇਰਕੋਟਲਾ ਨੂੰ ਕਿਵੇਂ ਦੇਖੀਏ ਮੁਸਲਮਾਨ ਭਾਈਚਾਰਾ ਮਲੇਰਕੋਟਲਾ ਚ ਵੱਡੀ ਤਾਦਾਦ ਚ ਹੈ ਸਭ ਤੋਂ ਵੱਧ ਜਿਹੜਾ ਵੋਟਾਂ ਦਾ ਹੁਣ ਤੱਕ ਜਿਹੜਾ ਪੋਲ ਦਰਜ ਕੀਤਾ ਗਿਆ ਜਿੱਥੇ ਜ਼ਿਆਦਾ ਵੋਟਾਂ ਪੁਕਤੀਆਂ ਨੇ ਉਹ ਮਲੇਰਕੋਟਲਾ ਹੈ ਹਾਲਾਂਕਿ ਵੱਖਰਾ ਜ਼ਿਲ੍ਹਾ ਘੋਸ਼ਿਤ ਕੀਤਾ ਗਿਆ ਹੈ ਸਰਕਾਰ ਉਸਤੇ ਕੰਮ ਵੀ ਕਰ ਰਹੀ ਹੈ ਪਰ ਬਲੇਰ ਕੋਟਲਾ ਤੋਂ ਜ਼ਿਆਦਾ ਪੋਲ ਹੋਣਾ ਇਸ ਦੇ ਕੀ ਸਿਆਸੀ ਮਾਇਨੇ ਦੇਖਿਆ ਸੀ ਜੀ ਮਲੇ ਕੋਟਲਾ ਦੇ ਵਿੱਚ ਜੇਕਰ ਗੱਲ ਕਰੀਏ ਕਿ ਆਮ ਆਦਮੀ ਜਮੀਲੂ ਰਹਿਮਾਨ ਆਮ ਆਦਮੀ ਪਾਰਟੀ ਦੇ ਉੱਤੇ ਮੌਜੂਦਾ ਵਿਧਾਇਕ ਨੇ ਤੇ ਉਹ ਪਹਿਲੀ ਵਾਰ ਜਿੱਤੇ ਨੇ ਤੇ ਉਦੋਂ ਸਿਮਰ ਸਿੰਘ ਮਾਨ ਅਮਰਗੜ ਤੋਂ ਚੋਣ ਲੜੇ ਸੀਗੇ ਤੇ ਹਾਰ ਗਏ ਸੀਗੇ ਉਦੋਂ ਵੀ ਪੰਥਕ ਵੋਟ ਤੇ ਫੋਕਸ ਕੀਤਾ ਸੀਗਾ ਤਾਂ ਜਰੂਰ ਕਹਿ ਸਕਦੇ ਆ ਕਿ ਜਿਹੜੀ ਮੁ슬림 ਵੋਟ ਹੈ ਉਹ ਕਿੱਧਰ ਰੁਕ ਕਰੇਗੀ ਉਹ ਕੁਝ ਜਦੋਂ ਰਿਜ਼ਲਟ ਆਏਗਾ ਜਾਂ ਜਦੋਂ EVM ਮਸ਼ੀਨਾਂ ਦੇ ਵਿੱਚ ਆ ਜਾਏਗਾ ਤੇ ਕਿੰਨੇ ਪਰਸੈਂਟ ਵੋਟ ਹੁੰਦੀ ਹੈ ਉਹਦੇ ਨਾਲ ਤੈਹ ਹੋ ਜਾਏਗਾ ਰਾਜਨੀਤਿਕ ਸਮੀਕਰਨ ਵੀ ਸਾਹਮਣੇ ਆਉਣਗੇ ਪੋਲਿੰਗ ਨਾਲ ਵੀ ਸਾਹਮਣੇ ਆਉਣਗੇ ਜੇ ਵੱਧ ਪੋਲਿੰਗ ਹੁੰਦੀ ਹੈ ਤੇ ਉਹਦਾ ਵੀ ਜਿਹੜੀ ਜਜਮੈਂਟ ਸਾਹਮਣੇ ਆ ਜਾਏਗੀ ਹਜੇ ਪੋਲਿੰਗ ਚੱਲ ਰਹੀ ਹੈ ਤੇ ਇਸ ਤੇ ਅਸੀਂ ਕੁਝ ਕਹਿਣਾ ਮੁਨਾਸਬ ਨਹੀਂ ਸਮਝਾਂਗੇ ਕਿ ਕਿਹੜੀ ਪਾਰਟੀ ਅੱਗੇ ਚੱਲ ਰਹੀ ਹੈ ਕਿਹੜੀ ਨਹੀਂ ਚੱਲ ਰਹੀ ਹੈ ਇਹ ਤਾਂ ਲੋਕਾਂ ਨੇ ਦੇਖਣਾਗਾ ਕਿ ਕਿਹੜੀ ਪਾਰਟੀ ਕਿਹੜੀ ਸਰਕਾਰ ਜਾਂ ਸਾਡੇ ਮੁੱਦੇ ਸੰਸਦ ਦੇ ਵਿੱਚ ਕੌਣ ਚੁੱਕ ਸਕਦਾਗਾ ਕੌਣ ਰੱਖ ਸਕਦਾਗਾ ਤੇ ਪੰਜਾਬ ਦੇ ਵਿੱਚ ਸਾਡੇ ਡਿਵੈਲਪਮੈਂਟ ਦੇ ਕੰਮ ਜੇ ਕੌਣ ਕਰਵਾ ਸਕਦਾਗਾ ਤਾਂ ਇਹ ਤਾਂ ਲੋਕਾਂ ਨੇ ਕਿਹੜੇ ਮੁੱਦੇ ਨੂੰ ਲੈ ਕੇ ਵੋਟ ਪਾਉਣੀ ਹੈ ਫਿਲਹਾਲ ਲੋਕਾਂ ਨੂੰ ਇਹੀ ਅਪੀਲ ਹੈ ਕਿ ਉਹ ਵੱਧ ਤੋਂ ਵੱਧ ਆ ਕੇ ਇਸ ਪੋਲਿੰਗ ਦਾ ਇਸ ਵੋਟਾਂ ਦੀ ਲੋਕਤੰਤ੍ਰਿਕ ਦਾ ਚੀਜ਼ ਦਾ ਹਿੱਸਾ ਬਣ ਤੇ ਆਪਣੀ ਵੋਟ ਦਾ ਜਿਹੜਾ ਇਸਤੇਮਾਲ ਕਰਨ ਸਰਕਾਰ ਲਈ ਕਿੰਨੀ ਚੁਣੌਤੀ ਹੈ ਇਹ ਸੀਟ ਦੇਖੋ ਦਿੱਲੀ ਦੀ ਸਰਕਾਰ ਪੰਜਾਬ ਦੀ ਸਰਕਾਰ ਤੇ じゃ ਬੀਜੇਪੀ ਇਹ ਸੀਟ ਤੇ ਬਹੁਤ ਵੱਡੇ ਪੱਧਰ ਤੇ ਜ਼ੋਰ ਲਾ ਰਹੀ ਹੈ ਕਿ ਬਾਅਦ ਇਲੈਕਸ਼ਨ ਕਿਵੇਂ ਸੰਗਰੂਰ ਦੀ ਜਿੱਤੀ ਜਾਵੇ ਪਰ ਅਸਲ ਹਕੀਕਤ ਹੈ ਕਿ ਅਕੀਰਤੀ ਗਰਾਊਂਡ ਕੀ ਕੁਝ ਬਿਆਨ ਕਰ ਰਿਹਾ ਹੈ ਇਹ ਟੱਕਰ ਦੋ ਕੋਣੀ ਹੈ ਤਿੰਨ ਕੋਣੀ ਹੈ ਜਾਂ ਚਾਰ ਕੋਣੀ ਹੈ ਹਾਂ ਜੇ ਟੱਕਰ ਦੀ ਗੱਲ ਕਰੀਏ ਤਾਂ ਤਿੰਨ ਤਿੰਨ ਪ੍ਰਮੁੱਖ ਪਾਰਟੀਆਂ ਕਹਿ ਸਕਦੇ ਆ ਜਿਹੜੀਆਂ ਮੇਨ ਪਾਰਟੀਆਂ ਨੇ ਚਾਹੇ ਆਮ ਆਦਮੀ ਪਾਰਟੀ ਹੈ ਬੀਜੇਪੀ ਹੈ ਸਿਮਰ ਸਿੰਘ ਮਾਨ ਨੇ ਠੀਕ ਹੈ ਨਾ ਅ ਜੇ ਕਾਂਗਰਸ ਦੀ ਗੱਲ ਕਰੀਏ ਕਾਂਗਰਸ ਦਾ ਤੁਸੀਂ ਦੇਖਿਆ ਹੀ ਹੈ ਕਿ ਕਾਂਗਰਸ ਦੇ ਵੱਡੇ ਲੀਡਰ ਨਹੀਂ ਆਏ ਸਪੋਰਟ ਕਰਨ ਨਹੀਂ ਆਏ ਰਾਜਾ ਵਿਡਿੰਗ ਖੁਦ ਪਾਰਟੀ ਪ੍ਰਧਾਨ ਨੇ ਉਹਨਾਂ ਦੀ ਸਪੋਰਟ ਦੇ ਵਿੱਚ ਵੋਟ ਮੰਗਦੇ ਰਹੇ ਤਾਂ ਕਰਦੇ ਕਿਤੇ ਨਾ ਕਿਤੇ ਲੋਕ ਵੀ ਇਹ ਚੀਜ਼ ਨੂੰ ਸਮਝਦੇ ਨੇ ਜਿਸ ਤਰ੍ਹਾਂ ਪਾਰਟੀਆਂ ਦੇ ਲੀਡਰਾਂ ਦੇ ਵਿੱਚ ਫੇਰ ਬਦਲ ਹੋਇਆਗਾ ਉਸ ਚੀਜ਼ ਨੂੰ ਵੀ ਸਮਝਦੇ ਨੇ ਤੇ ਕਿਹਨੂੰ ਵੋਟ ਕਰਨੀ ਹੈ ਕਿਹਨੂੰ ਨਹੀਂ ਕਰਨੀ ਕੀ ਤੋਂ ਕੰਮ ਲੈਣੇ ਨੇ ਕਿਹੜੀ ਪਾਰਟੀ ਸਾਡੇ ਕੰਮ ਕਰਾ ਸਕਦੀ ਹੈ ਤਾਂ ਕਿਹੜਾ ਐਮਪੀ ਸਾਡੀ ਗੱਲ ਰੱਖ ਸਕਦਾਗਾ ਤਾਂ ਜ਼ਰੂਰ ਹੈ ਵੀ 2024 ਕਿਉਂਕਿ 2 ਸਾਲ ਬਾਅਦ ਫੇਰ ਐਮਪੀ ਦੇ ਚੋਣ ਆਉਣੇ ਨੇ ਤਾਂ ਜ਼ਰੂਰ ਸਾਰੇ ਲੋਕ ਇਹ ਲੋਕ ਬੜੇ ਸਿਆਣੇ ਨੇ ਸੰਗਰੂਰ ਦੇ ਜਦੋਂ 2014 ਦੇ ਵਿੱਚ ਭਗਵੰਤ ਮਾਨ ਨੂੰ ਐਮਪੀ ਜਿਤਾਇਆ ਸੀਗਾ ਤਾਂ ਲੋਕ ਇਹੀ ਕਹਿੰਦੇ ਸੀਗੇ ਵੀ ਸੰਗਰੂਰ ਵਾਲੇ ਨਵਿੱਕਲਾ ਕੁਝ ਕਰਦੇ ਨੇ ਕਿਉਂਕਿ ਆਮ ਭਗਵੰਤ ਮਾਨ ਨੂੰ ਐਮਪੀ ਬਣਾਤਾ ਸੀਗਾ ਤੇ ਦੇਖਿਆ ਹੁਣ ਮੁੱਖ ਮੰਤਰੀ ਬਣ ਕੇ ਸੰਗਰੂਰ ਤੋਂ ਹੀ ਤਾਂ ਜਰੂਰ ਸੰਗਰੂਰ ਦੇ ਲੋਕ ਬਟੇ ਹੁਸ਼ਿਆਰ ਨੇ ਕਹਿ ਸਕਦੇ ਨੇ ਤਜਰਬੇਕਾਰ ਨੇ ਉਹ ਵੋਟ ਪਾਉਣਗੇ ਬੜੀ ਸੂਝ ਸਮਝ ਕੇ ਪਾਉਣਗੇ ਕਿਹੜੀ ਪਾਰਟੀ ਕੀ ਵੋਟ ਪਾਉਣੀ ਹੈ ਪੰਥਕ ਤੌਰ ਤੇ ਵੋਟ ਪਾਉਣੀ ਹੈ ਡਿਵੈਲਪਮੈਂਟ ਪੂਰ ਤੇ ਪਾਣੀ ਹੈ ਬੇਰੋਜ਼ਗਾਰੀ ਦੇ ਨਾਂ ਤੇ ਪਾਣੀ ਹੈ ਸਿਹਤ ਸਹੂਲਤਾ ਦੇ ਨਾਂ ਤੇ ਪਾਣੀ ਹੈ ਜਾਂ ਐਜੂਕੇਸ਼ਨ ਦੇ ਨਾਂ ਤੇ ਵੋਟ ਪਾਣੀ ਹੈ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਹੀ ਸੰਗਰੂਰ ਦੇ ਲੋਕ ਵੋਟ ਪਾਉਣਗੇ ਪਰ ਪੋਲਿੰਗ ਦਾ ਸਵਾਲ ਹੈ ਪੋਲਿੰਗ ਲਈ ਇਹੀ ਅਪੀਲ ਕੀਤੀ ਜਾ ਰਹੀ ਕਿ ਵੱਧ ਤੋਂ ਵੱਧ ਪੋਲ ਕਰਨ ਨਤੀਜਾ ਤੁਹਾਡੇ ਸਾਹਮਣੇ ਆ ਜਾਏਗਾ ਕਿਉਂਕਿ ਐਨਾਲਿਸਿਸ ਕਈ ਵਾਰ ਗਲਤ ਵੀ ਚਲੇ ਜਾਂਦੇ ਨੇ ਕਿਸੇ ਇੱਕ ਤੇ ਨੂੰ ਫਾਇਦਾ ਵੀ ਹੋ ਜਾਂਦਾ ਹੈਗਾ ਤਾਂ ਅਸੀਂ ਇਸ ਚੀਜ਼ ਤੇ ਕਹਿਣਾ ਕੁਝ ਮناسب ਨਹੀਂ ਸਮਝਾਂਗੇ ਪਰ ਜਰੂਰ ਸਾਰੀਆਂ ਚੀਜ਼ਾਂ ਲੋਕ ਧਿਆਨ ਦੇ ਵਿੱਚ ਰੱਖ ਕੇ ਇਸ ਵਾਰ ਵੋਟ ਕਰਨਗੇ ਜੀ ਬਿਲਕੁਲ ਲੋਕ ਬਹੁਤ ਕੁਝ ਬਿਆਨ ਕਰਨਗੇ ਪਰ ਸੰਗਰੂਰ ਸੀਟ ਬਹੁਤ ਕੁਝ ਦੱਸੇਗੀ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਇਹ ਸੀਟ ਨਵੀਆਂ ਪਰਤਾਂ ਵੀ ਪਾ ਸਕਦੀ ਹੈ ਜਾਂ ਫਿਰ ਪੁਰਾਣੇ ਰਿਕਾਰਡ ਵੀ ਤੋੜ ਸਕਦੀ ਹੈ ਬਹੁਤ ਸ਼ੁਕਰੀਆ ਕੀਰਤੀ